ਦੁਨੀਆ ਵਿੱਚ ਅਜਿਹੇ ਵਿਰਲੇ ਇਨਸਾਨ ਬਹੁਤ ਘੱਟ ਹੁੰਦੇ ਹਨ ਜੋ ਸੇਵਾ ਦੇ ਸੰਕਲਪ ਨੂੰ ਆਪਣਾ ਜੀਵਨ ਬਣਾ ਲੈਂਦੇ ਹਨ ਅਤੇ ਦੂਜਿਆਂ ਲਈ ਜਿਉਂਦੇ ਹਨ। ਇਸੇ ਵਿਅਕਤਿਤਵ ਦੇ ਮਾਲਕ ਸਨ ਭਗਤ ਪੂਰਨ ਸਿੰਘ ਜੀ। ਭਗਤ ਪੂਰਨ ਸਿੰਘ ਜੀ ਨੇ ਸੰਨ 1934 ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਤੋਂ ਨਿਕਲੀ ਇੱਕ ਬੇਸਹਾਰਾ ਲੂਲੇ ਬੱਚੇ ਦੀ ਦਿਲ ਹੁਲਵੀਂ ਕੂਕ ਨੂੰ ਮਹਿਸੂਸ ਕੀਤਾ ਅਤੇ ਹੌਲੀ ਹੌਲੀ ਇੱਕ ਅਜਿਹਾ ਸਥਾਨ ਸਥਾਪਿਤ ਕੀਤਾ ਜਿਸ ਵਿੱਚ ਹਰ ਦੁਖੀ, ਬੇਸਹਾਰਾ, ਬਿਮਾਰ ਜਾਂ ਯਤੀਮ ਆਪਣੇ ਘਰ ਵਾਂਗ ਰਹਿ ਸਕਦਾ ਸੀ। ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਜੀ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਰਾਜੇਵਾਲ ਵਿੱਚ 4 ਜੂਨ 1904 ਨੂੰ ਮਾਤਾ ਮਹਿਤਾਬ ਕੌਰ ਦੀ ਕੁੱਖ ਤੋਂ ਹੋਇਆ। ਭਗਤ ਜੀ ਦਾ ਬਚਪਨ ਵਿੱਚ ਨਾਂ ਰਾਮ ਜੀ ਦਾਸ ਸੀ। ਭਗਤ ਜੀ ਦੇ ਪਿਤਾ ਸ਼੍ਰੀ ਸੀਬੂ ਮੱਲ ਪਿੰਡ ਵਿੱਚ ਸਾਹੂਕਾਰੇ ਦਾ ਕੰਮ ਕਰਦੇ ਸਨ। ਭਗਤ ਜੀ 6 ਸਾਲ ਆਪਣੇ ਪਿੰਡ ਵਿੱਚ ਰਹੇ। 7 ਸਾਲ ਦੀ ਉਮਰ ਤੋਂ 13 ਸਾਲ ਦੀ ਉਮਰ ਤੱਕ ਉਹ ਬੋਰਡਿੰਗ ਸਕੂਲ ਖੰਨਾ ਵਿੱਚ ਰਹਿ ਕੇ ਪੜ੍ਹਾਈ ਕਰਦੇ ਰਹੇ। ਭਗਤ ਜੀ ਦੇ ਮਨ ਵਿੱਚ ਮਾਨਵਤਾ ਦੀ ਸੇਵਾ ਦੀ ਲਗਨ ਉਹਨਾਂ ਦੀ ਮਾਤਾ ਜੀ ਨੇ ਬਚਪਨ ਵਿੱਚ ਹੀ ਲਾ ਦਿੱਤੀ ਸੀ। ਭਗਤ ਜੀ ਦੇ ਮਾਤਾ ਉਹਨਾਂ ਹੱਥੋਂ ਲੋੜਵੰਦਾਂ ਦੀ ਸੇਵਾ ਕਰਵਾਉਂਦੇ ਸਨ। ਆਪਣੀ ਮਾਤਾ ਦੀ ਸਿੱਖਿਆ ਸਦਕਾ ਭਗਤ ਪੂਰਨ ਸਿੰਘ ਜੀ ਨੇ ਅਜਿਹੀ ਮਿਸਾਲ ਕਾਇਮ ਕਰ ਦਿੱਤੀ ਜਿਸ ਤੋਂ ਅੱਜ ਪੂਰੀ ਦੁਨੀਆ ਪ੍ਰੇਰਨਾ ਲੈ ਰਹੀ ਹੈ।
ਸਨ 1955 ਵਿੱਚ ਤਹਿਸੀਲਪੁਰਾ ਜੀ ਟੀ ਰੋਡ ਉੱਤੇ ਜਗ੍ਹਾ ਮੁੱਲ ਖਰੀਦ ਕੇ ਪਿੰਗਲਵਾੜੇ ਦੀ ਨੀਂਹ ਰੱਖੀ। ਇਸ ਸਥਾਨ 'ਤੇ ਆਪ ਨੇ ਮਾਨਸਿਕ ਬਿਮਾਰ ਲਾਵਾਰਿਸ ਰੋਗੀਆਂ ਲੂਲੇ ਲੰਗੜਿਆਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਦਾ ਕਾਰਜ ਸ਼ੁਰੂ ਕਰ ਦਿੱਤਾ। ਪਿੰਗਲਵਾੜੇ ਦਾ ਸੰਕਲਪ ਭਗਤ ਜੀ ਦੇ ਮਨ ਵਿੱਚ ਉਸ ਵੇਲੇ ਪੈਦਾ ਹੋਇਆ ਜਦੋਂ ਸੰਨ 1934 ਵਿੱਚ 4 ਕੁ ਸਾਲਾਂ ਦੇ ਲੂਲੇ ਲੰਗੜੇ ਬੱਚੇ ਨੂੰ ਕੋਈ ਲਾਵਾਰਿਸ ਛੱਡ ਗਿਆ ਸੀ। ਭਗਤ ਜੀ ਨੇ ਉਸਦੀ ਸਾਂਭ ਸੰਭਾਲ ਕੀਤੀ ਅਤੇ ਉਸਦਾ ਨਾਂ ਪਿਆਰਾ ਰੱਖਿਆ। ਬਾਬਾ ਜੀ ਬੜੇ ਵਿਸ਼ਾਲ ਸੁਭਾਅ ਦੇ ਸਨ, ਕਿਸੇ ਦਾ ਦੁੱਖ ਸਹਿਣ ਨਹੀਂ ਸੀ ਕਰਦੇ। ਉਹਨਾਂ ਦੀ ਆਤਮਾ ਬਹੁਤ ਕੋਮਲ ਸੀ। ਜਿਸ ਵੇਲੇ ਕਿਸੇ ਨੂੰ ਠੰਡ ਲੱਗਦੀ ਸੀ ਉਹ ਉਸੇ ਵੇਲੇ ਬਿਸਤਰਾ ਉਹਨਾਂ ਦਾ ਪ੍ਰਬੰਧ ਕਰਦੇ ਸੀ। ਇੱਕ ਵਾਰੀ ਦੀ ਗੱਲ ਹੈ, ਮੈਨੂੰ ਕਹਿਣ ਲੱਗੇ ਤੈਨੂੰ ਇੱਥੋਂ ਠੰਡ ਲੱਗੇਗੀ। ਮੈਂ ਕਿਹਾ ਮੈਨੂੰ ਨਹੀਂ ਠੰਡ ਲੱਗਦੀ। ਉਹਨਾਂ ਰੂਹ ਭਰੀ ਬਣਵਾ ਕੇ ਦਿੱਤੀ। ਮੇਰਾ ਮਤਲਬ ਕਹਿਣ ਦਾ ਇਹ ਆ ਵੀ ਜਿੰਨਾ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਨਾ, ਉਹਨਾਂ ਦਾ ਉਹ ਫਿਕਰ ਵੀ ਕਰਦੇ ਸੀ, ਉਹਨਾਂ ਦਾ ਧਿਆਨ ਵੀ ਕਰਦੇ ਸੀ। ਤੋ ਇਸ ਤਰ੍ਹਾਂ ਕਰਕੇ ਕਈ ਆਦਮੀ ਜਿਹੜੇ ਸਾਡੀ ਸੰਸਥਾ ਵਿੱਚ ਸਾਡੇ ਵਰਗੇ ਗਰੀਬ ਸੀ, ਉਹਨਾਂ ਨੂੰ ਜਿਸ ਚੀਜ਼ ਦੀ ਲੋੜ ਹੁੰਦੀ ਸੀ ਉਹ ਲੋੜ ਪੂਰੀ ਕਰਦੇ ਸੀ। ਜਿੰਨੇ ਪਰਦੇਸੀ ਯੂਪੀ ਬਿਹਾਰ ਦੇ ਬੰਦੇ ਇੱਥੇ ਸੇਵਾ ਕਰ ਰਹੇ ਆ, ਸਾਰਿਆਂ ਨੂੰ ਕਿਰਾਇਆ ਦੇ ਕੇ ਤੋਰਦੇ ਸੀ। ਕਿਸੇ ਨੇ ਕਹਿ ਦੇਣਾ ਬਾਬਾ ਜੀ ਇੱਧਰੋਂ ਤਾਂ ਕਿਰਾਇਆ ਦੇ ਦਿੱਤਾ ਅਤੇ ਉੱਧਰੋਂ ਕੌਣ ਦਊ, ਉੱਧਰ ਦਾ ਵੀ ਲੈ। ਤੋ ਮੇਰਾ ਅਰਜ਼ ਕਰਨ ਦਾ ਭਾਵ ਇਹ ਆ, ਇਹ ਸੰਸਥਾ ਵੱਡੀ ਕਰਨ ਦੇ ਵਿੱਚ ਚਲੋ ਠੀਕ ਹੈ ਜ਼ਿੰਦਗੀ ਲਾਈ, ਪਰ ਬਾਬਾ ਜੀ ਨੇ ਸਾਨੂੰ ਬੱਚਿਆਂ ਤੋਂ ਵੱਧ ਪਿਆਰ ਕੀਤਾ। ਕਦੀ ਰੋਟੀ ਖਾਂਦਿਆਂ ਨਹੀਂ ਸੀ ਉਠਾਉਂਦੇ, ਕਦੀ ਸੁੱਤੇ ਨੂੰ ਨਹੀਂ ਜਗਾਉਂਦੇ। ਤੋ ਇਹੋ ਜਿਹਾ ਉਹਨਾਂ ਦਾ ਸੁਭਾਅ ਸੀ। ਕਈ ਵਾਰ ਇਸ ਤਰ੍ਹਾਂ ਹੁੰਦਾ ਸੀ ਵੀ ਸਾਨੂੰ ਆ ਰੇਹੜੀਆਂ ਲੈ ਕੇ ਰੇਲਵੇ ਸਟੇਸ਼ਨ ਬੱਸ ਅੱਡਿਆਂ 'ਤੇ ਜਾਣਾ ਪੈਂਦਾ ਸੀ। ਜੋ ਕੋਈ ਗਰੀਬ ਮਰੀਜ਼ ਪਿਆ ਹੁੰਦਾ ਸੀ ਉਹਨੂੰ ਚੁੱਕ ਕੇ ਲਿਆ ਕੇ ਅਤੇ ਦਾਖਲ ਕਰਦੇ ਸੀ ਅਸੀਂ। ਰੇਹੜੀਆਂ ਮੈਂਟਲ ਹਸਪਤਾਲ ਜਾਂਦੀਆਂ ਸੀ ਰੋਜ਼ ਸ਼ਾਮ ਨੂੰ ਬੱਤੀ ਲਵਾਉਣ, ਬਿਜਲੀ ਲਵਾਉਣ। ਉਦੋਂ ਇਹ ਗੱਡੀਆਂ ਦਾ ਪ੍ਰਬੰਧ ਨਹੀਂ ਸੀ, ਪਰ ਬਾਬਾ ਜੀ ਨੂੰ ਦੇਸ਼ ਦਾ ਬਹੁਤ ਫਿਕਰ ਸੀ, ਰੁੱਖਾਂ ਦੀ ਬਹੁਤ ਜ਼ਿਆਦਾ ਉਹਨਾਂ ਨੇ ਪ੍ਰਚਾਰ ਕੀਤਾ। ਪਿੰਗਲਵਾੜੇ ਵਿੱਚ 30 ਮਈ 1955 ਨੂੰ ਪੂਰਨ ਪ੍ਰਿੰਟਿੰਗ ਪ੍ਰੈਸ ਦੀ ਸਥਾਪਨਾ ਕੀਤੀ ਗਈ। ਇੱਥੇ ਵੱਧਦੀ ਆਬਾਦੀ, ਪ੍ਰਦੂਸ਼ਣ, ਕੁਦਰਤੀ ਸਾਧਨਾਂ ਦੀ ਬਰਬਾਦੀ, ਨਸ਼ੀਲੇ ਪਦਾਰਥਾਂ ਤੋਂ ਹੋਣ ਵਾਲੀਆਂ ਬਿਮਾਰੀਆਂ, ਸਾਦੇ ਜੀਵਨ ਦੀ ਮਹੱਤਤਾ ਅਤੇ ਅਨੇਕਾਂ ਇਹੋ ਜਿਹੇ ਹੋਰ ਸਮਾਜ ਨੂੰ ਸੇਧ ਦੇਣ ਵਾਲੇ ਵਿਸ਼ਿਆਂ ਬਾਰੇ ਕਿਤਾਬਾਂ ਛਾਪ ਕੇ ਮੁਫਤ ਵੰਡੀਆਂ ਜਾਂਦੀਆਂ ਹਨ। ਭਗਤ ਪੂਰਨ ਸਿੰਘ ਜੀ ਨੂੰ ਜੀਵਨ ਵਿੱਚ ਬਹੁਤ ਮਾਣ ਸਨਮਾਨ ਮਿਲਿਆ। ਪਦਮ ਸ਼੍ਰੀ, ਹਾਰਮਨੀ ਅਵਾਰਡ, ਲੋਕ ਰਤਨ ਅਵਾਰਡ, ਭਾਈ ਕਨਈਆ ਅਵਾਰਡ, ਸਰਬੱਤ ਦਾ ਭਲਾ ਅਵਾਰਡ ਸਨਮਾਨਾਂ ਦੀ ਸੂਚੀ ਵਿੱਚ ਮੁੱਖ ਸਨ। ਇਹਨਾਂ ਵਿੱਚੋਂ ਪਦਮ ਸ਼੍ਰੀ ਅਵਾਰਡ ਉਹਨਾਂ ਨੇ 1984 ਦੇ ਓਪਰੇਸ਼ਨ ਬਲੂ ਸਟਾਰ ਦੇ ਵਿਰੋਧ ਵਿੱਚ ਵਾਪਸ ਕਰ ਦਿੱਤਾ। ਅੱਜ ਪਿੰਗਲਵਾੜਾ ਸੰਸਥਾ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਦੇ ਨਾਂ ਨਾਲ ਇੱਕ ਵਿਸ਼ਾਲ ਰੂਪ ਧਾਰਨ ਕਰ ਚੁੱਕੀ ਹੈ। ਅੱਜ ਪਿੰਗਲਵਾੜੇ ਦੀਆਂ 6 ਸ਼ਾਖਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕੁੱਲ ਮਿਲਾ ਕੇ 1199 ਮਰੀਜ਼ਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਇਹ ਸ਼ਾਖਾਵਾਂ ਪਲਸੌਰਾ, ਜਲੰਧਰ, ਸੰਗਰੂਰ, ਮਾਨਾਵਾਲਾ ਅਤੇ ਗੋਬਿੰਦਵਾਲ ਵਿੱਚ ਸਥਿਤ ਹਨ। ਮੈਂ 14 ਸਾਲ 1952 ਤੋਂ ਸੰਸਥਾ ਪਿੰਗਲਵਾੜੇ ਵਿੱਚ ਸੇਵਾ ਕਰਦਾ ਆ ਰਿਹਾ। ਬਾਬਾ ਜੀ ਦੇ ਨਾਲ ਉਦੋਂ ਲੱਗੇ ਸੀ ਜਦੋਂ ਇੱਥੇ ਕੋਈ ਬੰਦਾ ਨਹੀਂ ਸੀ ਲੱਗਦਾ, ਘੱਟ ਲੱਗਦੇ, ਪਰ ਸਾਨੂੰ ਉਸ ਵੇਲੇ ਅਣਥੱਕ ਮਿਹਨਤ ਕਰਨੀ ਪਈ। ਮੈਂ ਤੇ ਬਾਬਾ ਜੀ ਇਹਨਾਂ ਹੱਥਾਂ 'ਤੇ ਸੇਵਾ ਮੰਗ ਕੇ ਇਹ ਡੇਰਾ ਬਣਾਇਆ। ਹੱਥਾਂ ਤੋਂ ਬਾਅਦ ਮੁੜ ਕੇ ਕੱਪੜਾ ਲੈ ਕੇ ਇੱਕ ਪਾਸਿਓਂ ਬਾਬਾ ਜੀ ਨੇ ਫੜਨਾ, ਇੱਕ ਪਾਸਿਓਂ ਮੈਂ ਫੜਨਾ, ਫਿਰ ਲੋਕਾਂ ਕੋਲ ਪੈਸੇ ਲੈਣੇ। ਸਾਡੇ ਕੋਲ ਲੰਗਰ ਚਲਾਉਣ ਵਾਸਤੇ ਪੈਸਾ ਹੈ ਨਹੀਂ ਸੀ, ਅਸੀਂ ਮੰਗ ਕੇ ਲਿਆਉਣਾ, ਫਿਰ ਲੰਗਰ ਚੱਲਦਾ ਸੀ। ਉਸ ਵੇਲੇ ਰਾਸ਼ਨ ਵੀ ਐਡਾ ਮਹਿੰਗਾ ਨਹੀਂ ਸੀ। ਇੱਕ ਵਾਰੀ ਦੀ ਗੱਲ ਹੈ ਕਿ ਬਰਸਾਤ ਹੋ ਰਹੀ ਸੀ, ਸਿਆਲ ਦੀ ਵਾਰ ਸੀ, ਬਾਬਾ ਜੀ ਕਹਿਣ ਲੱਗੇ ਨੰਗੀ ਪੈਰੀ, ਮੈਂ ਤੇ ਨੰਗੀ ਪੈਰੀ ਬਾਬਾ ਜੀ, ਇਸ ਤਰ੍ਹਾਂ ਇੱਕ ਪੈਰ ਦੇ ਉੱਤੇ ਪੈਰ ਰੱਖ ਲਈਏ ਅਤੇ ਉਹਨੂੰ ਨਿੱਘਾ ਕਰ ਲਈਏ, ਠੰਡ ਬੜੀ ਸੀ। ਬਾਬਾ ਜੀ ਕਹਿਣ ਲੱਗੇ ਚਲੇ ਚੱਲੀਏ। ਮੈਂ ਆਖਿਆ ਵੀ 14 ਰੁਪਈਏ ਇਕੱਠੇ ਹੋਣਗੇ ਤਾਂ ਫਿਰ ਜਾਣਾ, ਕਿਉਂਕਿ ਬੋਰੀ 14 ਰੁਪਏ ਦੀ ਆਉਂਦੀ ਸੀ, 7 ਰੁਪਈਏ ਮਨ ਸੀ ਆਟਾ। ਤੋ ਇਸ ਤਰ੍ਹਾਂ ਕਰਕੇ ਅੱਜ ਹੋਰ ਕੱਲ੍ਹ ਹੋਰ ਕਈ ਉਪਰਾਲੇ ਕੀਤੇ ਗਏ। ਤੋ ਸੰਸਥਾ ਬਣਾਉਣ ਵਾਸਤੇ ਮੈਨੂੰ ਲਾਊਡ ਸਪੀਕਰ ਨਾਲ ਪ੍ਰਚਾਰ ਕਰਨਾ ਪਿਆ। 35 ਸਾਲ ਮੈਂ ਲਾਊਡ ਸਪੀਕਰ ਨਾਲ ਪ੍ਰਚਾਰ ਕੀਤਾ ਸ਼ਹਿਰ 'ਚ, ਗਲੀ ਗਲੀ 'ਚ, ਮਹੱਲੇ ਮਹੱਲੇ 'ਚ।
ਜਿਸ ਤਰ੍ਹਾਂ ਕਿ ਨਕਦੀ ਦੇ ਰੂਪ 'ਚ, ਰਾਸ਼ਨ ਦੇ ਰੂਪ 'ਚ ਕੱਪੜੇ ਬਹੁਤ ਕੁਛ ਲੈ ਕੇ ਆਉਂਦਾ ਸੀ। ਫਿਰ ਥੋੜ੍ਹੇ ਚਿਰ ਤੋਂ ਬਾਬਾ ਜੀ ਕਹਿਣ ਲੱਗੇ, ਤੇਰਾ ਰੋਜ਼ ਦਾ ਬੋਲਣ ਦਾ ਕੰਮ ਹੈ ਜਿਹੜਾ, ਇਹ ਖਤਰਾ ਵੱਧ ਗਿਆ ਮੈਨੂੰ, ਤੇਰੀ ਉਮਰ ਜ਼ਿਆਦਾ ਹੋ ਰਹੀ ਆ। ਮੈਂ ਆਖਿਆ ਨਹੀਂ, ਕੋਈ ਗੱਲ ਨਹੀਂ। ਉਹਨਾਂ ਆਖਿਆ ਬਿਲਕੁਲ ਨਹੀਂ, ਤੁਸੀਂ ਉਤਰਾ ਹੀ ਚਲੇ ਜਾਇਆ ਕਰੋ ਸਾਈਕਲ 'ਤੇ ਲੈ ਆਇਆ ਕਰੋ। ਇਸ ਤਰ੍ਹਾਂ ਕਰਕੇ ਅਸੀਂ ਸੰਸਥਾ, ਇੱਕ ਵਾਰੀ ਦੀ ਗੱਲ ਹੈ ਕਿ ਅੰਮ੍ਰਿਤ ਡੇਅਰੀ ਹੁੰਦੀ ਸੀ ਪੁਲ ਤੋਂ ਥੱਲੇ, ਅੰਮ੍ਰਿਤ ਡੇਅਰੀ ਵਾਲਿਆਂ ਨੇ ਸਾਡੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਅਤੇ ਇੱਕ ਦੇਗ ਰੋਜ਼ ਦੀ ਦੁੱਧ ਦੀ ਦੇਣੀ, ਉਹ ਮੈਂ ਸਿਰ 'ਤੇ ਚੁੱਕ ਕੇ ਲਿਆਉਂਦਾ ਸੀ ਪੈਰਾਂ ਤੋਂ ਨੰਗਾ, ਸਿਆ ਗਰਮੀਆਂ ਦੀ ਬਾਰੇ ਉੱਤੋਂ ਸਿਰ ਸੜਨਾ, ਥੱਲਿਓਂ ਪੈਰ ਸੜਨੇ। ਤੋਂ ਇਸ ਤਰ੍ਹਾਂ ਕਰਕੇ ਸੰਸਥਾ ਦਾ ਆਗਾਜ਼ ਹੋਇਆ। ਜਦੋਂ ਬਾਬਾ ਜੀ ਲਾਹੌਰ ਤੋਂ ਆਏ, ਇਹਨਾਂ ਦੇ ਕੋਲ 1 ਰੁਪਈਆ 5 ਆਨੇ ਸੀ, ਪਰ ਇਹਨਾਂ ਦੀ ਸੇਵਾ ਨੇ ਵੇਖੋ ਇਹ ਭਾਗ ਲਾਇਆ। ਇਸ ਵੇਲੇ ਜੋ ਕੁਛ ਤੁਹਾਡੇ ਸਾਹਮਣੇ ਆ, ਇਹ ਸੇਵਾ ਦਾ ਪ੍ਰਤਾਪ ਹੈ। ਪਿੰਗਲਵਾੜੇ ਦੀ ਮਾਨਾ ਵਾਲੀ ਸ਼ਾਖਾ ਵਿੱਚ ਭਗਤ ਪੂਰਨ ਸਿੰਘ ਆਦਰਸ਼ ਸਕੂਲ ਚੱਲ ਰਿਹਾ ਹੈ, ਜਿੱਥੇ 550 ਵਿਦਿਆਰਥੀਆਂ ਨੂੰ ਮੁਫਤ ਵਿੱਦਿਆ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਵੱਖ ਵੱਖ ਥਾਵਾਂ 'ਤੇ ਸੰਸਥਾ ਵੱਲੋਂ ਬਹੁਤ ਸਾਰੇ ਸਕੂਲ ਖੋਲ੍ਹੇ ਗਏ ਹਨ। ਸੰਨ 2005 ਤੋਂ ਮਾਨਾਵਾਲਾ ਕੰਪਲੈਕਸ ਵਿੱਚ ਫਿਜ਼ੀਓਥੈਰੇਪੀ ਸੈਂਟਰ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਆਧੁਨਿਕ ਮਸ਼ੀਨਰੀ ਰਾਹੀਂ ਪਿੰਗਲਵਾੜੇ ਦੇ ਮਰੀਜ਼ ਅਤੇ ਗਰੀਬ ਲੋੜਵੰਦ ਮੁਫਤ ਇਲਾਜ ਕਰਵਾ ਰਹੇ ਹਨ। ਇੱਥੋਂ ਹੀ ਨਕਲੀ ਅੰਗ ਲਗਵਾ ਕੇ ਅਨੇਕਾਂ ਮਰੀਜ਼ ਲਾਭ ਉਠਾ ਚੁੱਕੇ ਹਨ। मैं सुनील कुमार, एज ए प्रोस्थेटिस्ट एंड ऑर्थोटिस्ट। मैंने डिग्री की है, बैचलर्स डिग्री फ्रॉम कलकत्ता यूनिवर्सिटी, नेशनल इंस्टीट्यूट फॉर द ऑर्थोपेडिकली हैंडीकैप्ड। यहाँ पे मैंने 15 जून 2005 से ज्वाइन किया एज ए प्रोस्थेटिस्ट एंड ऑर्थोटिस्ट, तब से रेगुलर मैं यहाँ काम कर रहा हूँ। यहाँ पे मोस्टली डिफरेंट टाइप्स ऑफ ऑर्थोपेडिकली पेशेंट जो भी आते हैं, मोस्टली पेशेंट का यहाँ इस तरह से जो भी नकली अंग जरूरत होती है, जिनको किसी सपोर्ट की ज़रूरत होती है, डिफरेंट टाइप्स ऑफ लेंसेज यहाँ फ्री ऑफ कॉस्ट दिए जाते हैं। जो भी पेशेंट जिनकी मसल वीकनेस है ड्यू टू पोलियोमाइलाइटिस, या तो फिर सेरेब्रल पल्सी रहते हैं, चाइल्ड हेमिप्लेजिया रहते हैं, तो सपोर्ट के लिए हम लोग कैलिपर वगैरह प्रोवाइड करते हैं यहाँ से। जो भी पेशेंट एम्पुटेशन के बिलो नी एभव नी, लाइक बिलो एल्बो एभव एल्बो, जिस तरह से एम्पुटेशन रहते हैं उसके अकॉर्डिंग टू द पेशेंट को प्रोसेसेस प्रोवाइड करते हैं। प्लस जो भी पेशेंट दूर से आ रहे हैं उनको प्रोसेस अगर प्रोवाइड करते हैं तो उनको गेट ट्रेनिंग करवाने की ज़रूरत पड़ती है, तो यहाँ पे गेट ट्रेनिंग की व्यवस्था है। आगे जाकर कर पैरल वार वगैरह बने हुए हैं, तो जो भी पेशेंट दूर से आते हैं उनको गेट ट्रेनिंग 3-4 दिन 5 दिन तक भी लग जाते हैं। उनको यहाँ पर सराय दिया गया, जिसमें यहाँ पर फ्री ऑफ कॉस्ट रहने का प्लस फूडिंग का व्यवस्था है। रहते हैं 3-4 दिन 5 दिन, 1 सप्ताह जितने दिन रहते थे, कोई कोई पेशेंट तो महीने लग जाते हैं, जो जेरियाट्रिक टाइप से पेशेंट रहते हैं यहीं रहते हैं। जब पूरी उनकी तसल्ली हो जाती है कि चल पा रहे हैं, फिर से ठीक से फिटमेंट हो गए ये सब कुछ, तो फिर यहाँ से हम लोग फाइनल फिटमेंट करके उनको भेजते हैं घर। नवंबर 2003 से ये सेंटर शुरू हुआ है। अभी तक में 664 पेशेंट आ चुके हैं जिसमें रजिस्टर्ड हो चुके हैं, और टोटल फिटमेंट 556 पेशेंट का यहाँ टोटल फिटमेंट हो चुका है। जो भी पेशेंट आते हैं, अगर पोलियोमाइलाइटिस या जो सेरेब्रल पल्सी कुछ भी आते हैं जिसको सपोर्ट की ज़रूरत होती है, और फर्स्ट ऑफ ऑल हम लोग पीओपी बैंडेज होती है, इससे कास्ट लेते हैं, या तो फिर किसी का कन्वेंशन वगैरह बनानी होती तो ब्राउन पेपर पर कास्ट लेकर के उस तरह से पहले कास्ट लेते हैं। उसके बाद प्लास्टर ऑफ पेरिस पाउडर आती है जिस तरह से फील करते हैं, इस तरह से मॉडिफिकेशन करके अगर लेग सेल है इस तरह से लेग सेल बनाते, थाई सेल बनानी होती है थाई सेल बनाते हैं, बीच में फिर जा करके कोई भी ज्वाइंट की ज़रूरत होती है तो ज्वाइंट लगाते हैं, विदाउट ज्वाइंट की ज़रूरत होती है विदाउट ज्वाइंट फिट करते हैं। अगर प्रोस्थेसिस के एम्पुटेशन केस आते हैं तो सेम केस, उसमें भी रैप कास्ट लेकर के पहले निगेटिव कास्ट लेते हैं इस तरह से प्लास्टर ऑफ पेरिस पाउडर से, देन इसमें पीओपी पाउडर का सेमी लिक्विड वाटर के साथ बनाते हैं, उसके ऊपर मॉडिफिकेशन करते हैं। आफ्टर मॉडिफिकेशन इस टाइप से बनते हैं, ये पॉजिटिव मोल्ड कहते हैं इसको, इसके ऊपर लैमिनेशन या मोल्डेड जिस तरह से अकॉर्डिंग टू द पेशेंट बनाते हैं। यह सोना मोना है, कुदरत का एक अजीब करिश्मा। सोना मोना दो ताड़ एक शरीर हन,
जन्म तो बाद यह बच्चे के माता पिता ने इसनू संभालन तो इनकार कर दिता सी। जद पिंगलवाड़े की मौजूदा प्रधान डॉक्टर इंद्रजीत कौर नू हिंदुस्तान टाइम्स विच छपी एक खबर तो इस बच्चे बारे पता लग्या तां उसने इस बालक नू पिंगलवाड़े का मैंबर बना लिया ते ना सोना मोना रख दिता। 14 जून नू पैदा हुए सी दिल्ली विच लेडी हार्डिंग च। इन्हां चों एक बच्चा नीला हो गया सी, साह नहीं लै रहा सी। फिर इन्हां नू ऑल इंडिया मैडिकल इंस्टीट्यूट च शिफ्ट किया। फिर 2 महीने उत्थे रहे, दो महीने रहे उत्थे। उस तो बाद इन्हां दे पेरेंट्स ने कहता भी असीं लिजा नहीं सकते। ये हिंदुस्तान टाइम च इहदी फ्रंट पेज ते न्यूज़ आई सी। वो न्यूज़ फिर उत्थे जिहड़े पिंगलवाड़े दे कोई रिलेशन सी उन्होंने पहलां देखी, उन्होंने मैनूं फोन किया भी असीं अडोप्ट कर सकते हैं, भी अबंडन कर दिते आ। मैं ठीक है, अबंडन बंदियां नूं इस रखण वाला दा कम है पिंगलवाड़े दा, ते तुसीं ऑफर दे दिओ भी असीं रख सकते हैं। फिर उन्होंने ऑफर दे दित्ती। फिर उन्होंने कुछ शर्तां रखियां, तुसीं एसी लवाओ उन्हां दे कमरे 'च, क्योंकि शुरू तो एसी 'च ही रहे ने इह। ते इस करके फिर इन्हां दे कमरे 'च एसी वगैरह लगाया। पिंगलवाड़े 'च सिर्फ एसी इन्हां दे कमरे 'च ही है, होर किसे कमरे 'च नहीं है। इन्हां वास्ते फिर 2 अटेंडेंट्स मॉर्निंग 2 ईवनिंग, तो इन्हों सैपरेट शहर तो रखा गया ता कि भी लोग तंग ना कर। सैपरेट नहीं किए जा सकते क्योंकि बहुत ऑर्गनस शेयर करते हैं। इन्हों का लिवर सांझा है, किडनी सांझी है, एबडोमिनल ऑर्गन जड़े ने पेट के ऑर्गन वो सारे ही सांझे ने, इंटरस्टाइन भी सांझिया ने, रिप्रोडक्टिव ऑर्गन भी सांझे ने, तो लत्तां भी शेयर करते हैं। 4 लत्तां नहीं है, इन्हों दी सिर्फ 2 लत्तां है। इस करके दे कांट भी सैपरेटेड क्योंकि बहुत चीज़ा शेयर करते हैं। अजकल पिंगलवाड़े की देखभाल कर रहे डॉक्टर बीबी इंद्रजीत कौर जी इस संस्था नू अपना परिवार मान के भगत पूरन सिंह वल्लों उलीकियां योजनावां नू अमली रूप देन लई दिन रात मेहनत कर रहे हैं। साडे कोल टोटल इनमेट्स पिंगलवाड़े च रहने वाले 1220 तक गिणती हो गई है पिछले महीने। 6 ब्रांचिज है साडियां डिफरेंट शहरां दे विच। संगरूर है, जलंधर है, चंडीगढ़ है, गोइंदवाल साहब है, पंडोरी है, तो है मानावाला हैगी है। बाकी मेन ऑफिस है साढ़े कोल, उहदे नाल भी 2 वार्ड ने, एक मेल वार्ड है, एक फीमेल वार्ड है। बाकी इत्थे स्कूल एजुकेशन ते काम कर रहे हैं पिंगला संस्था वालों। स्कूल है साढ़े कोल, 2 अकैडमिक स्कूल है, एक डैफ बच्चों लई स्कूल है, एक मंद बुद्धि बच्चों लई स्कूल है साढ़े को। फिर आर्टिफिशियल सेंटर जिन्हों फिजो कहते हैं, प्रोस्थैटिक ऑर्थोटिक सेंटर कहते हैं, वो फ्री लगाए जाते हैं। फिजियोथेरेपी सेंटर है, गऊशाला है, नर्सरी है, हर साल बूटे लाए जाते हैं। एड सानू संगत वालों ही मिलती है, एक श्रोमणी गुरुद्वारा प्रबंधक कमेटी वालों। अजिहे विरले इंसान बहुत घट हुंदे हन जो सेवा दे संकल्प नूं अपना जीवन बना लैंदे हन अते दूजियां लई जिउंदे हन। इसे व्यक्तित्व दे मालक सन भगत पूरन सिंह जी। भगत पूरन सिंह जी ने सन 1934 नूं लाहौर दे गुरद्वारा डेरा साहिब तों निकली एक बेसहारा लूले बच्चे दी दिल हुलमी कूक नूं महसूस कीता ते हौली हौली एक अजिहा स्थान स्थापित कीता जिस विच हर दुखी, बेसहारा, बीमार जां यतीम अपने घर वांग रह सकता सी। पिंगलवाड़े दे बानी भगत पूरन सिंह जी दा जन्म लुधियाणा जिले दे एक पिंड राजेवाल